16ਵਾਂ ਵੀ ਟੱਪਿਆ, 17ਵਾਂ ਵੀ ਟੱਪਿਆ, 18ਵਾਂ ਵੀ ਟੱਪਿਆ। ਸੋ ਹੁਣ 18ਵੇਂ ਚ ਬਦਨਾਮ ਹੋਇਆ, 18ਵੇਂ ਚ ਬਦਨਾਮ ਹੋ ਗਿਆ। ਸੋ 19ਵੀਂ ਆ ਗਿਆ, 19 ਦਾ ਕੀ ਪਲਾਨ ਹੈ 2019 ਦਾ? 19 ਚ ਕੁਝ ਕਰਾਂਗੇ, ਉਹਦਾ ਕੀ ਕਰਾਂਗੇ? ਇਲਾਜ ਕਰਾਂਗੇ ਕਿਹਦਾ? ਜਿਹੜਾ ਬਦਨਾਮ ਹੋਇਆ। ਅੱਛਾ, ਸੋ ਕਿਵੇਂ, ਡਾਕਟਰ ਵੀ ਹੋ ਤੁਸੀਂ? ਹਾਂ ਕਹਿ ਸਕਦੇ ਹੋ। ਅੱਛਾ, ਪਲਾਸ ਨਾਲ ਦੰਦ ਕੱਢ ਦੇਣਾ, ਡਾਕਟਰ ਹੀ ਹੋਊਗਾ।